खेती 'च अपन साल 'च 2 या 3 इनकम आउंदी है नॉर्मली, ठीक है। जिहड़ा उस टाइम मैनूं कोई इनकम लैणी सी, उह मैनूं उस बाड़े 'चों इनकम आनी शुरू हो गई। सर्दियां 'च अपने एग्स की बहुत डिमांड वध जांदी है, 2500 रुपया एक फार्म स्टार्ट करने वास्ते कोई ज़्यादा इन्वेस्टमेंट नहीं हैगी अपनी। बकरी पाली आपां 5 बच्चे लै लिया, 7-8 हज़ार का बच्चा मिलता है, ज़्यादा ज़्यादा तुहाडा कि 35 तों लैके 40 हज़ार रुपये दे विच एक तुहाडा 5-6 बकरियां ते 1-50 चिक दा तुहाडा छोटा एक फार्म स्टार्ट हो जाता है। इहदे वास्ते कि तुहानूं एक एडिशनल लेबर की भी लोड़ नहीं पैंदी। हुण मैनूं इनकम 2 वारी नहीं आ रही साल 'च, मैनूं सारे साल थोड़ी थोड़ी इनकम आ रही है। सत श्री अकाल दोस्तों, अपनी खेती नाल जुड़े दर्शकों नूं प्यार भरी सत श्री अकाल। मैं हां जगसीर। साडे कोले बहुत सारे किसान वीरां दे सवाल आउंदे आ कि सहायक किता करना जी, किहड़ा शुरू करिए। पर अज आपां इक इहो जिहे मॉडल बारे दस देंगे तुहानूं जिहदे विच तुसीं चाहे 4 सहायक किते शुरू करो पर जगह तुहानूं इक्को ही चाहीदी है। इहो जिहे मॉडल दी इस समें दे विच लोड़ भी है, जिस हिसाब नाल महंगाई चल रही है। तां इहो जिहा मॉडल किहड़ा है जिहदे नाल आपां इक्को जगह ते चाहे उह 3 किते है 4 किते है इक जगह समान भी आपां नूं जिहड़ा चाहीदा उह खर्चा होऊगा उह आपणा बहुत ज़्यादा घटूगा ते आपां बड़ी आसानी दे नाल चंगी इनकम लै सकदे हां। सो इस मॉडल बारे दसन साडे कोले अज खास मेहमान अपनी खेती दे ऑफिस पहुंचे, जिन्हां दा नाम राहुल कसनिया जी है। तो राहुल जी सत श्री अकाल, तुसीं इस मॉडल दी गल कर रहे सी डिटेल दे विच, है ना। साडे दर्शकां नूं वी जरूर दस दिओ वी किवें आपां इक ही जगह ते 2-3 किते शुरू कर सकदे हां ते इहनूं कहिंदे की है। एक थां ते जदों आपां 2 या 2 तों ज़्यादा किते इकट्ठे करदे हां जो कि एक दूजे नाल मिलदे जुलदे होण, उहनूं कहिंदे इंटीग्रेटेड फार्मिंग। जिवें मैं खेती कर रहा, ठीक है, मेरी खेती जो वेस्ट प्रोड्यूस हो रहा है उहदे नाल मैं उह लाइफ स्टॉक पाल रहा, तो लाइफ स्टॉक दा जिहड़ा वेस्ट आऊगा उहदे लई मेरी खेती 'च खाद बन गई। ਉਹ ਕੀ ਹੈ ਕਿ ਇੱਕ ਦਾ ਵੇਸਟ ਦੂਜੇ ਦੇ ਵਾਸਤੇ ਫੋਡਰ ਬਣ ਗਿਆ, ਇਹਦਾ ਵੇਸਟ ਦੂਜੇ ਵਾਸਤੇ ਖਾਦ ਬਣ ਗਈ, ਉਹ ਕੀ ਆਪਸ 'ਚ ਰਿਲੇਟਡ ਹੋ ਗਏ, ਉਹਨੂੰ ਕਹਿੰਦੇ ਇੰਟੀਗ੍ਰੇਟਡ ਫਾਰਮਿੰਗ। ਮੈਂ ਖੇਤੀ ਦੇ ਨਾਲ ਨਾਲ ਬੱਕਰੀ ਪਾਲਣ ਅਤੇ ਮੁਰਗੀ ਪਾਲਣ ਕਰ ਰਿਹਾ, ਠੀਕ ਹੈ। ਮੁਰਗੀ ਪਾਲਣ ਅਤੇ ਬੱਕਰੀ ਪਾਲਣ ਦਾ ਮੇਰੇ ਕੋਲ ਇੱਕ ਸ਼ੈੱਡ ਬਣਿਆ ਹੋਇਆ ਜਿੱਥੇ ਬੱਕਰੀਆਂ ਅਤੇ ਮੁਰਗੀਆਂ ਇਕੱਠੀਆਂ ਰਹਿੰਦੀਆਂ। ਜੋ ਉਹਨਾਂ ਦਾ ਵੇਸਟ ਆਇਆ ਉਹ ਤੋਂ ਮੈਂ ਚੰਗੀ ਖਾਦ ਤਿਆਰ ਕਰਨਾ, ਕੰਪੋਸਟ ਕਰਕੇ ਤਿਆਰ ਕਰਨਾ, ਜੋ ਕਿ ਮੈਂ ਖੇਤ ਵਾਸਤੇ ਯੂਜ਼ ਕਰ ਰਿਹਾ, ਜਿਹਦੇ ਨਾਲ ਮੇਰੇ ਕੀ ਕੈਮੀਕਲ ਜਿਹੜੀ ਖਾਦ ਹੈ ਉਹਦੀ ਮੈਨੂੰ ਵਰਤੋਂ ਘੱਟ ਕਰਨੀ ਪੈਂਦੀ ਹੈ। ਜਿਹੜਾ ਮੇਰੇ ਮੈਂ ਕੋਈ ਵੀ ਅਨਾਜ ਪ੍ਰੋਡਿਊਸ ਹੋਇਆ ਜਿਵੇਂ ਕਣਕ ਹੋਈ, ਜੇ ਕਣਕ 'ਚ 1 ਨੰਬਰ ਤਾਂ ਵਿਕ ਗਿਆ ਜਿਹੜਾ ਕਿ ਟੁੱਟੇ ਹੋਏ ਦਾਣਾ ਹੋ ਗਿਆ, ਠੀਕ ਹੈ, ਉਹ ਮੈਂ ਐਜ਼ ਏ ਫੀਡ ਯੂਜ਼ ਹੁੰਦਾ, ਜਿਹੜਾ ਚੂਰਾ ਹੁੰਦਾ ਉਹ ਐਜ਼ ਏ ਫੀਡ ਯੂਜ਼ ਕਰਦਾ ਆਪਣੇ ਪੋਲਟਰੀ ਅਤੇ ਗੋਟ ਫਾਰਮਿੰਗ ਵਾਸਤੇ। ਉਹ ਤੋਂ ਇਲਾਵਾ ਜਿਹੜੀ ਕਿ ਆਪਣਾ ਖੇਤ 'ਚ ਤੂੜੀ ਹੋ ਗਈ, ਠੀਕ ਹੈ, ਉਹ ਮੈਂ ਪ੍ਰੋਸੈਸ ਕਰਕੇ ਯੂਜ਼ ਕਰ ਲੈਂਦਾ ਗੋਟ ਫਾਰਮਿੰਗ ਵਾਸਤੇ, ਡਰਾਈ ਫੋਡਰ ਬਣ ਗਿਆ ਉਹਦਾ। ਹਰੇ ਪੱਠੇ ਆਪਾਂ ਨੋਰਮਲੀ ਯੂਜ਼ ਕਰਦੇ ਹਾਂ, ਠੀਕ ਹੈ। ਇਹਨਾਂ ਦੇ ਨਾਲ ਕਿ ਜੋ ਵੀ ਸਭ ਕੁਝ ਮੈਂ ਜੋ ਆਪਣੇ ਬੱਕਰੀ ਅਤੇ ਮੁਰਗੀਆਂ ਵਾਸਤੇ ਕਰ ਰਿਹਾ, ਮੈਨੂੰ ਬਾਹਰੋਂ ਕੁਝ ਨਹੀਂ ਖਰੀਦਣਾ ਪੈ ਰਿਹਾ। ਮੇਰੇ ਖੇਤ 'ਚੋਂ ਜੋ ਮੈਂ ਪ੍ਰੋਡਿਊਸ ਕਰ ਰਿਹਾ ਜਾਂ ਖੇਤ ਦਾ ਜੋ ਮੇਰਾ ਵੇਸਟ ਹੈਗਾ ਉਹਨੂੰ ਯੂਟੀਲਾਈਜ਼ ਕਰਕੇ ਮੈਂ ਉਹਨੂੰ ਚਲਾ ਰਿਹਾ। ਉਹਦੇ ਬਾਅਦ ਜਿਹੜੇ ਕਿ ਮੈਂ ਪ੍ਰੋਸੈਸ ਕਰਦਾ, ਕੰਪੋਸਟ ਕਰਦਾ, ਠੀਕ ਹੈ, ਉਹ ਕੰਪੋਸਟ ਜੇ ਮੈਂ ਬਾਹਰੋਂ ਲੈ ਕੇ ਆਵਾਂ, ਠੀਕ ਹੈ, ਮੇਰੇ ਕੋਲ ਸਾਲ ਦੀ 30 ਟਰਾਲੀਆਂ ਮੇਰੇ ਕੋਲ ਵੇਸਟ ਪ੍ਰੋਡਿਊਸ ਹੁੰਦਾ ਹੈ, ਜੇ ਉਹ ਮੈਂ ਬਾਹਰੋਂ ਲੈ ਕੇ ਆਵਾਂ ਤਕਰੀਬਨ ਮੈਨੂੰ ਮੰਨ ਕੇ ਚੱਲੋ 50 ਹਜ਼ਾਰ ਰੁਪਏ ਦਾ ਉਹਦਾ ਖਰਚਾ ਆਉਣਾ, ਤਾਂ ਮੇਰਾ ਡਾਇਰੈਕਟਲੀ ਉਹ 50 ਹਜ਼ਾਰ ਰੁਪਏ ਉਹ ਬਚ ਗਿਆ, ਅਤੇ ਜਿਹੜੀ ਮੈਂ ਗੋਟ ਫਾਰਮ ਤੋਂ ਇਨਕਮ ਲੈ ਰਿਹਾ ਉਹ ਮੇਰੀ ਪਲੱਸ ਹੈਗੀ ਹੈ। ਫਿਰ ਆ ਗਈ ਪੋਲਟਰੀ। ਪੋਲਟਰੀ ਜਿਹੜੀ ਮੈਂ ਖਾਦ ਆ ਉਹ ਮੈਂ ਯੂਜ਼ ਕਰਦਾ ਜਿਹੜੀ ਕਿ ਆਪਦੇ ਘਰ ਵਾਸਤੇ ਉਗਾਉਣ ਵਾਸਤੇ ਸਬਜ਼ੀਆਂ ਯੂਜ਼ ਕਰਦਾ। ਜਿੰਨੀ ਸਬਜ਼ੀ ਖਾਣੀ ਹੈ ਖਾ ਲਈ, ਜਿੰਨੀ ਖਰਾਬ ਹੋ ਗਈ ਉਹ ਪੋਲਟਰੀ ਨੇ ਆਪਾਂ ਪਾ ਤੀ, ਠੀਕ ਹੈ। ਉਹਦੇ ਨਾਲ ਕੀ ਕਿ ਉਹਨਾਂ ਦਾ ਢਿੱਡ ਭਰਾਈ ਵੀ ਹੋ ਗਿਆ, ਅਤੇ ਜਿਹੜਾ ਗੋਟ ਡ੍ਰੋਪਿੰਗ 'ਚੋਂ ਵੀ ਥੋੜ੍ਹਾ ਬਚਿਆ ਪਿਆ ਉਹ 'ਚੋਂ ਵੀ ਉਹਨਾਂ ਨੇ ਢਿੱਡ ਭਰਾਈ ਕਰ ਲਿਆ, ਅਤੇ ਮੈਨੂੰ ਬਹੁਤ ਘੱਟ ਦਾਣਾ ਪਾ ਕੇ ਉਹਨਾਂ ਨੂੰ ਪਾਲਣਾ ਪੈਂਦਾ। ਪੋਲਟਰੀ ਦਾ ਮੇਰਾ ਖਰਚਾ ਸਬਜ਼ੀ ਅਤੇ ਗੋਟ ਡ੍ਰੋਪਿੰਗਸ ਤੋਂ ਨਿਕਲ ਜਾਂਦਾ, ਥੋੜ੍ਹਾ ਜਿਹਾ ਮੈਨੂੰ ਦਾਣਾ ਪਾਉਣਾ ਪੈਂਦਾ। ਗੋਟ ਫਾਰਮ ਦਾ ਜਿਹੜਾ ਕਿ ਮੇਰਾ 2 ਨੰਬਰ ਅਨਾਜ ਨਿਕਲਿਆ ਜਿਹੜੀ ਚੂਰੀ ਨਹੀਂ ਕਰੇ ਉਹ ਨਿਕਲੀ ਆ, ਉਹ ਤੋਂ ਮੇਰਾ ਉਹਦੇ ਜਦ ਕਿ ਕੰਸਨਟ੍ਰੇਟਡ ਫੀਡ ਤਿਆਰ ਕਰਦੇ ਹਾਂ ਉਹਦਾ ਮੋਸਟਲੀ ਖਰਚਾ ਮੇਰਾ ਉੱਥੋਂ ਕਵਰ ਹੋ ਜਾਂਦਾ। ਤਾਂ ਆਪਸ 'ਚ ਖੇਤੀ ਅਤੇ ਲਾਈਫ ਸਟੋਕ ਇੰਟੀਗ੍ਰੇਟਡ ਹੈਗੇ ਆ, ਅਤੇ ਅਸੀਂ ਵੀ ਲੋਕਾਂ ਨੂੰ ਜ਼ਿਆਦਾ ਜ਼ਿਆਦਾ ਆਹੀ ਮੋਟੀਵੇਟ ਕਰਦੇ ਹਾਂ ਕਿ ਜੇ ਤੁਸੀਂ ਖੇਤੀ ਕਰ ਰਹੇ ਹੋ, ਖੇਤੀ 'ਚ ਆਪਾਂ ਸਾਲ 'ਚ 2 ਜਾਂ 3 ਇਨਕਮ ਆਉਂਦੀ ਹੈ ਨੋਰਮਲੀ, ਠੀਕ ਹੈ। ਜਿਵੇਂ ਕਣਕ ਝੋਨਾ ਕਰ ਰਹੇ ਹਾਂ, ਕਣਕ ਬੀਜਤੀ ਜਦ ਤੱਕ ਕਣਕ ਕੱਢੂਗੀ ਉਹਦੇ ਵਿੱਚ ਵਾਲੇ ਆਪਣਾ ਟਾਈਮ ਹੈਗਾ। ਜਦੋਂ ਕਿਸਾਨ ਵਿਹਲਾ ਹੁੰਦਾ ਨਾ ਉਹ ਸਹਾਇਕ ਕਿੱਤਿਆਂ ਵੱਲ ਬਾਰੇ ਸੋਚਦਾ। ਜੇ ਆਪਣੇ ਕੋਲ ਕੁਝ ਵੀ ਜਿਵੇਂ ਮੁਰਗੀਆਂ ਹੈਗੀਆਂ, ਮੇਰੇ ਕੋਲ ਬੱਕਰੀਆਂ ਹੈਗੀਆਂ, ਉਸ ਟਾਈਮ ਬੰਦਾ ਸੋਚਦਾ ਯਾਰ ਮੈਂ 4 ਬੱਕਰੀਆਂ ਪਾਉਣੀਆਂ, ਮੇਰਾ ਉਹ ਕਸਟਮਰ ਬਣ ਗਿਆ। ਜਿਹੜਾ ਉਸ ਟਾਈਮ ਮੈਨੂੰ ਕੋਈ ਇਨਕਮ ਲੈਣੀ ਸੀ ਉਹ ਮੈਨੂੰ ਉਸ ਬਾੜੇ 'ਚੋਂ ਇਨਕਮ ਆਉਣੀ ਸ਼ੁਰੂ ਹੋ ਗਈ। ਸਰਦੀਆਂ 'ਚ ਆਪਣੇ ਐਗਸ ਦੀ ਬਹੁਤ ਡਿਮਾਂਡ ਵੱਧ ਜਾਂਦੀ ਹੈ। ਦੇਸੀ ਅੰਡਾ ਆਪਾਂ ਮੰਨ ਕੇ ਚੱਲੀਏ ਆਪਾਂ ਨੂੰ ਲੱਭਣਾ ਔਖਾ ਹੁੰਦਾ ਹੈ, ਕਿਉਂਕਿ ਆਪਾਂ ਮੰਨਦੇ ਕਿ ਸਾਫ਼ ਸੁਥਰਾ ਅੰਡਾ ਹੈਗਾ ਉਹਦਾ ਮੈਨੂੰ 14-15 ਰੁਪਏ ਇੱਕ ਅੰਡਾ ਵਿਕਦਾ। ਇਸੇ ਤਰ੍ਹਾਂ ਮੁਰਗੀ ਦੀ ਵੀ ਮੇਰੀ ਡਿਮਾਂਡ ਸਰਦੀਆਂ 'ਤੇ ਬਹੁਤ ਜ਼ਿਆਦਾ ਹਾਈ ਰਹਿ ਜਾਂਦੀ ਹੈ। ਤਾਂ ਇਸ ਤਰ੍ਹਾਂ ਹੈ ਕਿ ਜੋ ਕਿ ਮੇਰਾ ਅੱਜ ਕਣਕ ਬੀਜਣ ਤੋਂ ਲੈ ਕੇ ਕਣਕ ਕੱਢਣ ਦਾ ਵਿਚਾਲਾ ਟਾਈਮ ਹੈ, ਆਹ ਸਾਰਾ ਮੈਂ ਬੱਚੇ ਅਤੇ ਅੰਡੇ ਮੁਰਗੀਆਂ ਵੇਚ ਕੇ ਸ਼ੁਰੂ ਕਰ ਲਿਆ। ਹੁਣ ਆ ਗਿਆ ਝੋਨਾ ਬੀਜ ਲਿਆ ਜਾਂ ਨਰਮਾ ਕਰ ਲਿਆ ਆਪਾਂ, ਫਿਰ ਉਹਦੀ ਇਨਕਮ ਆਉਣ 'ਚ ਫਿਰ ਆਪਣਾ 6 ਮਹੀਨੇ ਟਾਈਮ ਹੈ। ਜਿਹੜੇ ਹੁਣ ਮੇਰੇ ਕੋਲ ਬੱਕਰੀਆਂ ਹੈਗੀਆਂ ਉਹ ਮੇਰੇ ਕੋਲ ਗੱਭਣ ਹੁੰਦੀ ਹੈ 2 ਮਹੀਨੇ 'ਚ 3 ਮਹੀਨੇ 'ਚ, ਠੀਕ ਹੈ, ਉਹਨਾਂ 7-8 ਮਹੀਨੇ 'ਚ ਆ ਕੇ ਬੱਚੇ ਦੇਣਗੇ।
ਫਿਰ ਜਦੋਂ ਕਿ ਕਿਸਾਨ ਵਿਹਲਾ ਹੋ ਗਿਆ ਫਿਰ ਉਹ ਸੋਚਦਾ ਸਹਾਇ ਕੀਤਾ ਕੀ ਕਰਨਾ, ਫਿਰ ਉਸ ਟਾਈਮ ਉਹ ਫਿਰ ਖਰੀਦਣ ਬਾਰੇ ਸੋਚਦਾ ਕਿ ਦੋ ਚਾਰ ਪਸ਼ੂ ਖਰੀਦ ਲਈਏ ਪਾ ਲਈਏ, ਫਿਰ ਮੇਰੇ ਵਾਸਤੇ ਇਨਕਮ ਬਣ ਗਈ। ਹੁਣ ਮੈਨੂੰ ਇਨਕਮ ਦੋ ਵਾਰੀ ਨਹੀਂ ਆ ਰਹੀ ਸਾਲ 'ਚ, ਮੈਨੂੰ ਸਾਰੇ ਸਾਲ ਥੋੜ੍ਹੀ ਥੋੜ੍ਹੀ ਇਨਕਮ ਆ ਰਹੀ ਹੈ। ਅਤੇ ਆਪਣਾ ਕੀ ਹੋ ਗਿਆ ਕਿ ਜ਼ਿਆਦਾ ਇਨਵੈਸਟਮੈਂਟ ਨਹੀਂ ਕੀਤੀ, ਇੰਟੀਗ੍ਰੇਸ਼ਨ ਹੋ ਗਿਆ ਦੋ ਚੀਜ਼ਾਂ ਦਾ, ਅਤੇ ਇਨਕਮ ਮੈਨੂੰ ਰਾਊਂਡ ਦ ਈਅਰ ਥੋੜ੍ਹੀ ਥੋੜ੍ਹੀ ਇਨਕਮ ਆ ਰਹੀ, ਜਿਹਦੇ ਕਰਕੇ ਮੈਨੂੰ ਕਿਸੇ ਮਤਲਬ ਕਿ ਬੈਂਕ ਕੋਲ ਬਾਰ ਬਾਰ ਨਹੀਂ ਜਾਣਾ ਪੈਂਦਾ ਜਾਂ ਕਿਸੇ ਆੜਤੀ ਕੋਲ ਜਾਣਾ ਨਹੀਂ ਪੈਂਦਾ, ਮੇਰਾ ਘਰ ਦਾ ਖਰਚਾ ਅਤੇ ਫਾਰਮ ਦਾ ਖਰਚਾ ਵਧੀਆ ਨਿਕਲ ਜਾਂਦਾ ਉਹ ਤੋਂ। ਆਹੀ ਅਸੀਂ ਮੋਟੀਵੇਟ ਕਰਦੇ ਹਾਂ ਕਿ ਇੱਕ ਸੈਕੰਡਰੀ ਸੋਰਸ ਆਫ ਇਨਕਮ ਜਾਂ ਇੱਕ ਸਹਾਇਕ ਕਿੱਤਾ ਹੋਣਾ ਕਿੰਨਾ ਜ਼ਰੂਰੀ ਹੈ ਕਿਸਾਨ ਵਾਸਤੇ ਅੱਜ ਦੇ ਟਾਈਮ 'ਚ। ਸੋ ਤੁਹਾਡੇ ਹਿਸਾਬ ਨਾਲ ਇੰਟੀਗ੍ਰੇਟਿਡ ਮਾਡਲ ਇਹੋ ਜਿਹਾ ਮਾਡਲ ਹੈ ਵੀ ਖੇਤੀਬਾੜੀ ਤਾਂ ਹਰ ਕੋਈ ਕਰਦੇ ਕਰਦੇ ਕਰਦਾ ਹੈ ਜੀ, ਜਿਵੇਂ ਹਾਂਜੀ ਤੁਸੀਂ ਵੀ ਦੱਸਿਆ ਬਾਗ ਵੀ ਹੈ, ਤੁਸੀਂ ਆਪਦਾ ਸਭ ਕੁਝ ਝੋਨੇ ਦਾ ਵੀ ਕਰਦੇ ਹੋ, ਠੀਕ ਠੀਕ ਹੈ ਹਾਂਜੀ, ਉਹਦੇ ਨਾਲ ਹੀ ਐਡ ਆਨ ਕੰਮ ਸ਼ੁਰੂ ਕਰ ਐਡ ਆਨ ਰਹੇ ਕੰਮ ਹੋ ਸ਼ੁਰੂ ਇੱਕੋ ਜਗ੍ਹਾ ਤੇ, ਜਿਵੇਂ ਹੁਣ ਮੇਰੇ ਫਾਦਰ ਸਾਹਿਬ ਕੰਮ ਕਰ ਰਹੇ, ਠੀਕ ਹੈ, ਮੈਂ ਉੱਥੇ ਉਹੀ ਕੰਮ ਕਰਦਾ ਰਹੂੰਗਾ ਤਾਂ ਵੈਲਿਊ ਐਡੀਸ਼ਨ ਨਹੀਂ ਹੋ ਰਹੀ ਉਹ 'ਚ, ਠੀਕ ਹੈ। ਮੇਰੇ ਫਾਦਰ ਸਾਹਿਬ ਜੋ ਕੰਮ ਕਰਾ ਰਹੇ ਉਹ ਮੈਨੇਜ ਕਰ ਰਿਹਾ ਆਪਣਾ ਵਧੀਆ, ਮੇਰੀ ਵੈਲਿਊ ਐਡੀਸ਼ਨ ਕਿੱਥੇ, ਜੋ ਕਿ ਮੈਂ ਲਾਈਫ ਸਟੋਕ ਨਾਲੇ ਐਡ ਕਰ ਲਿਆ, ਉਹਦੇ ਨਾਲ ਕਿ ਐਡੀਸ਼ਨਲ ਸੋਰਸ ਆਫ ਇਨਕਮ ਆਉਣੀ ਸ਼ੁਰੂ ਹੋ ਗਈ, ਇੱਕ ਤਾਂ ਇਨਕਮ ਵੱਧ ਗਈ ਅਤੇ ਨਾਲੇ ਸਾਰੇ ਸਾਲ ਤੁਸੀਂ ਬਿਜ਼ੀ ਹੋ। ਇਹਨੂੰ ਆਪਾਂ ਹੋਰ ਟੈਕਨੀਕਲੀ ਸਮਝਦੇ ਹਾਂ, ਮੈਂ 4-5 ਏਕੜ ਦੀ ਖੇਤੀ ਕਰਦਾ, ਠੀਕ ਹੈ ਸਰ, ਮੇਰੇ ਕੋਲ ਜਗ੍ਹਾ ਕੁਛ ਪਈ ਹੈ ਖਾਲੀ ਜਿੱਥੇ ਮੈਂ ਥੋੜ੍ਹੀਆਂ ਜਿਹੀਆਂ ਸਬਜ਼ੀਆਂ ਲਾ ਰੱਖੀਆਂ, ਹੈ ਨਾ, ਠੀਕ ਹੈ ਜੀ। ਹੁਣ ਆਪਾਂ ਪਸ਼ੂ ਵੀ ਰੱਖੇ ਹੋਏ ਆ 2-4, ਹੈ ਨਾ, ਜਿੰਨਾ ਆਪਾਂ ਘਰ ਦੇ ਦੁੱਧ ਵਾਸਤੇ, ਜੀ ਜੀ, ਹੁਣ ਇਹਦੇ ਵਿੱਚ ਨਵੀਂ ਚੀਜ਼ ਮੈਂ ਕਿਹੜੀ ਐਡ ਕਰਾਂ ਕਿ ਜਿਹੜਾ ਮੇਰਾ ਖਰਚਾ ਜ਼ਿਆਦਾ ਨਾ ਹੋਵੇ, ਨਾਲ ਪ੍ਰੋਫਿਟ ਐਡ ਹੋਣ ਲੱਗ ਜੇ, ਪਹਿਲਾਂ ਬੱਕਰੀ ਕਰਾਂ ਕਿ ਪਹਿਲਾਂ ਪੋਲਟਰੀ ਕਰਾਂ, ਇਹਦਾ ਤਰੀਕਾ ਵੀ ਕੀ ਹੈ? ਦੇਖੋ ਸਰ, ਬੱਕਰੀ ਪੋਲਟਰੀ ਅਸੀਂ ਪ੍ਰਮੋਟ ਤਾਂ ਕਰਨੇ ਕਿ ਇੰਨੀ ਜ਼ਿਆਦਾ ਇਨਵੈਸਟਮੈਂਟ ਕਰਨ ਦੀ ਲੋੜ ਨਹੀਂ, ਤੁਸੀਂ ਇੱਕ ਫਾਰਮ ਸਟਾਰਟ ਕਰਨਾ ਹੈ, ਚਿੱਕ ਮਿਲਦਾ ਤੁਹਾਨੂੰ ਇੱਕ ਵਧੀਆ, ਤੁਸੀਂ ਕਿਸੇ ਵੀ ਬਰਡ ਦਾ ਚਿੱਕ ਲਓਗੇ 40-50 ਰੁਪੀਜ਼ ਦਾ, ਜੇ ਤੁਸੀਂ 10 ਚਿੱਕ ਪਾ ਲਏ ਕਿਵੇਂ 400-500 ਰੁਪਏ ਲੱਗੇ, ਜੇ 50 ਚਿੱਕ ਪਾ ਲਏ ਤਾਂ 2500 ਰੁਪਿਆ, ਅੱਛਾ, ਠੀਕ ਹੈ, 2500 ਰੁਪਿਆ ਇੱਕ ਫਾਰਮ ਨੂੰ ਸਟਾਰਟ ਕਰਨ ਵਾਸਤੇ, ਕੋਈ ਜ਼ਿਆਦਾ ਇਨਵੈਸਟਮੈਂਟ ਨਹੀਂ ਹੈਗੀ ਆਪਣੀ। ਬੱਕਰੀ ਪਾ ਲਈ ਆਪਾਂ, 5 ਬੱਚੇ ਲੈ ਲਏ, 7-8 ਹਜ਼ਾਰ ਦਾ ਬੱਚਾ ਮਿਲਦਾ, ਜ਼ਿਆਦਾ ਜ਼ਿਆਦਾ ਤੁਹਾਡਾ ਕੀ 35 ਤੋਂ ਲੈ ਕੇ 40 ਹਜ਼ਾਰ ਰੁਪਏ ਦੇ ਵਿੱਚ ਇੱਕ ਤੁਹਾਡਾ 5-6 ਬੱਕਰੀਆਂ ਅਤੇ ਇੱਕ 50 ਚਿੱਕ ਦਾ ਤੁਹਾਡਾ ਛੋਟਾ ਇੱਕ ਫਾਰਮ ਸਟਾਰਟ ਹੋ ਜਾਂਦਾ। ਇਹਦੇ ਵਾਸਤੇ ਕਿ ਤੁਹਾਨੂੰ ਇੱਕ ਐਡੀਸ਼ਨਲ ਲੇਬਰ ਦੀ ਵੀ ਲੋੜ ਨਹੀਂ ਪੈਂਦੀ, ਇੰਨਾ ਤਾਂ ਆਪਾਂ ਜੇ ਕਰਦੇ ਆਪਣੇ ਬਜ਼ੁਰਗ ਹੈਗੇ ਆ ਜਾਂ ਆਪਣੇ ਲੇਡੀਜ਼ ਵਗੈਰਾ ਹੈਗੀ ਆ ਜਾਂ ਤੁਸੀਂ ਫਾਰਮ 'ਤੇ ਤੁਸੀਂ ਆਪ ਹੀ ਰਹਿ ਰਹੇ ਹੋ, ਤਾਂ ਸਵੇਰੇ ਕੋਈ 1/2 ਘੰਟਾ 1/2 ਘੰਟਾ ਉੱਥੇ ਟਾਈਮ ਸਪੈਂਡ ਕਰ ਲਿਆ, ਸ਼ਾਮ ਨੂੰ 1/2 ਘੰਟਾ ਟਾਈਮ ਸਪੈਂਡ ਕਰ ਲਿਆ, ਜਿਹਨੇ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਦੀ ਇਨਵੈਸਟ ਕਰਨ ਦੀ ਲੋੜ ਨਹੀਂ, ਪੈਸਾ ਇਨਵੈਸਟ ਕਰਨ ਦੀ ਲੋੜ ਨਹੀਂ, ਅਤੇ ਉਹ ਤੁਹਾਨੂੰ ਇੱਕ ਛੋਟੀ ਜਿਹੀ ਇਨਕਮ ਦੇਣੀ ਸਟਾਰਟ ਕਰ ਦੂਗਾ। ਨਹੀਂ, ਆਪਣੇ 50 ਆਪਣੇ 5 ਬੱਕਰੀਆਂ ਅਤੇ 50 ਮੁਰਗੀਆਂ, 50 ਮੁਰਗੀਆਂ ਜਗ੍ਹਾ ਕਿੰਨੀ ਕੁ ਲੈ ਲੈਂਦੀ ਹੈ ਇਹ? ਦੇਖੋ ਸਰ, ਇੱਕ ਬੱਕਰੀ ਨੂੰ ਜੋ ਕਿ ਆਪਾਂ ਕਲੋਜ਼ਡ ਏਰੀਆ ਮੰਨ ਕੇ ਚੱਲੀਏ, ਠੀਕ ਹੈ, 15 ਸਕੁਏਅਰ ਫਿੱਟ ਜਗ੍ਹਾ ਮੰਨਦੇ ਹਾਂ, ਇੱਕ ਬਰਡ ਦੀ 1 ਸਕੁਏਅਰ ਫਿੱਟ ਥਾਂ ਹੈਗੀ ਹੈ, ਠੀਕ ਹੈ। ਜੇ ਆਪਣੇ ਕੋਲ ਆਪਾਂ ਜੇ ਵਿਹੜਾ ਹੈਗਾ ਆਪਣੇ ਕੋਲ ਖੁੱਲ੍ਹਾ ਹੈਗਾ, ਠੀਕ ਹੈ, ਵਿਹੜੇ 'ਚ ਆਪਾਂ ਖੁੱਲ੍ਹੇ ਛੱਡ ਦਈਏ ਤਾਂ ਬਰਡਸ ਨੂੰ ਕੀ ਹੈਗੇ ਉੱਥੇ ਵਿਹੜੇ 'ਚ ਘੁੰਮ ਲੈਣਗੇ, ਸ਼ਾਮ ਨੂੰ ਬੰਦ ਕਰਨ ਵਾਸਤੇ ਇੱਕ ਛੋਟਾ ਜਿਹਾ ਕੁੱਡਾ ਚਾਹੀਦਾ ਹੈ, ਜਿੱਥੇ ਉਹਦੇ ਤੁਸੀਂ ਬੰਦ ਕਰ ਦਿਓ। ਬੱਕਰੀਆਂ ਕਿ ਜਿੱਥੇ ਤੁਹਾਡੀ ਗਾਈਆਂ ਵਗੈਰਾ ਬੰਨੀਆਂ ਵੀ ਹੈ, ਉੱਥੇ ਸਾਈਡ 'ਚ ਤੁਸੀਂ ਇੱਕ ਯੂ ਸ਼ੇਪ 'ਚ ਜਾਂ ਐਲ ਸ਼ੇਪ 'ਚ ਦੀਵਾਰ ਨਾਲ ਕਰਕੇ ਥੋੜ੍ਹੀ ਜਿਹੀ 4 ਦੀਵਾਰੀ ਕਰਕੇ ਉੱਥੇ ਛੱਡ ਦਿਓ ਕਿ ਦਿਨੇ ਬਾਹਰ ਘੁੰਮ ਲਈਆਂ, ਸ਼ਾਮ ਨੂੰ ਜਦੋਂ ਅੰਦਰ ਕਰਤੀ ਹੈ ਉੱਥੇ ਕਰ ਦਿਓ, ਤਾਂ ਐਡੀਸ਼ਨਲ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਉਸੇ ਵਾਸਤੇ ਛੋਟੇ ਕੰਮ ਵਾਸਤੇ। ਅੱਛਾ, ਖੇਤੀਬਾੜੀ ਵਾਲਿਆਂ ਦੀ ਤਾਂ ਆਪਾਂ ਗੱਲ ਕਰ ਰਹੇ ਹਾਂ, ਕਈ ਕਿਸਾਨ ਵੀਰ ਸਹਾਇਕ ਕਿੱਤੇ ਕਰ ਰਹੇ ਆ ਜਿਨ੍ਹਾਂ ਨੇ ਆਪਣਾ ਮੱਛੀ ਪਾਲਣ ਦਾ ਪੌਂਡ ਬਣਾਇਆ ਹੁੰਦਾ, ਜੀ 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 ਜੀ, ਮੱਛੀ ਪਾਲਣ ਦੇ ਨਾਲ ਕੀ ਐਡ ਹੋਣ ਸਕਦਾ? ਕਿਉਂਕਿ ਕਈ ਜਗ੍ਹਾ 'ਤੇ ਵੇਖਿਆ ਵੀ ਆਪਾਂ ਜਿਹੜਾ ਜਿੱਥੇ ਆਪਣਾ ਪੌਂਡ ਹੁੰਦਾ, ਛੱਪੜ ਹੁੰਦਾ, ਉਹਦੇ ਉੱਪਰ ਆਪਾਂ ਇੱਕ ਬੱਕਰੀਆਂ ਦੇ ਲਈ ਜਗ੍ਹਾ ਬਣਾ ਦਿੰਦੇ ਹਾਂ, ਬਿਲਕੁਲ ਬਿਲਕੁਲ, ਤਾਂ ਉਹ ਮੱਛੀ ਪਾਲਣ ਵਾਲੇ ਨਾਲ ਹੋਰ ਕੀ ਕੀਤਾ? ਸਰ ਦੇਖੋ, ਇੰਟੀਗ੍ਰੇਸ਼ਨ ਆਪਾਂ ਕਰਨਾ ਨਾ, ਬਹੁਤ ਸਾਰੇ ਇੰਟੀਗ੍ਰੇਸ਼ਨ ਜੇ ਕਰੀਏ ਆਪਾਂ, ਮੱਛੀ ਪਾਲਣ ਨਾਲ ਆਪਾਂ ਕਰ ਸਕਦੇ ਹਾਂ, ਮੁਰਗੀ ਪਾਲਣ ਕਰ ਸਕਦੇ ਹਾਂ, ਕੁਝ ਲੋਕ ਮੈਂ ਦੇਖੇ ਕਿ ਸੂਰ ਫਾਰਮ ਵੀ ਕਰਦੇ ਆ, ਮਤਲਬ ਪਿਗਰੀ ਵੀ ਕਰਦੇ ਆ, ਉਹ ਕੀ ਹੈ ਜੋ ਵੀ ਵੇਸਟ ਆ ਉਹ ਛੱਪੜ 'ਚ ਜਿਹੜਾ ਕਿ ਪਾਣੀ ਨਾਲ ਕੱਢ ਦਿੰਦੇ ਆ। ਪੋਲਟਰੀ ਦਾ ਕੀ ਕਰਦੇ ਕਿ ਉਹ ਇੱਕ ਐਲੀਵੇਟਡ ਜਾਂ ਸ਼ੈੱਡ ਤੁਹਾਡੇ ਪੌਂਡ 'ਚ ਬਣਾ ਦਿੰਦੇ ਆ, ਉੱਥੇ ਪੋਲਟਰੀ ਰਹਿੰਦੇ, ਜੋ ਵੀ ਉਹਦੀ ਡਰੋਪਿੰਗਸ ਆਉਂਦੀ ਹੈ, ਚਾਹੇ ਉਹ ਦਾਣਾ ਵੀ ਥੱਲੇ ਡਿੱਗ ਗਿਆ ਉਹ ਵੀ ਉਹਨਾਂ ਵਾਸਤੇ ਚਾਰਾ ਬਣ ਗਿਆ, ਅਤੇ ਉਹਨੇ ਬਿੱਠਾਂ ਵੀ ਕੀਤੀਆਂ ਉਹ ਵੀ ਤੁਹਾਡੇ ਮੱਛਲੀਆਂ ਵਾਸਤੇ ਚਾਰਾ ਬਣ ਗਈਆਂ, ਤਾਂ ਉਹਦੇ ਨਾਲ ਕੀ ਤੁਹਾਨੂੰ ਜਿਹੜੀ ਕੋਸਟਿੰਗ ਹੈਗੀ ਹੈ ਨਾ, ਜੋ ਉਹਨੇ ਫੀਡ ਕੋਸਟ ਹੈਗੀ ਉਹ ਕਾਫੀ ਹੱਦ ਤੱਕ ਘੱਟ ਜਾਂਦੀ ਹੈ। ਪਰ ਇਹ 'ਚ ਵੀ ਥੋੜ੍ਹੇ ਧਿਆਨ ਦੇਣਾ, ਕਿਉਂਕਿ ਫਿਸ਼ ਹੈਗਾ ਜਿਹੜੇ ਕਿ ਜੇ ਆਪਾਂ ਪਾਣੀ ਨੂੰ ਜ਼ਿਆਦਾ ਖਰਾਬ ਕਰਤਾ, ਜ਼ਿਆਦਾ ਕੰਟੈਮੀਨੇਟ ਕਰਤਾ, ਠੀਕ ਹੈ, ਉਹ 'ਚ ਫੰਗਸ ਵਗੈਰਾ ਵਾਲੇ ਜ਼ਿਆਦਾ ਪਾਣੀ ਪਾਉਣ, ਉਹਦੇ ਨਾਲ ਕੀ ਤੁਹਾਨੂੰ ਨੁਕਸਾਨ ਹੋ ਸਕਦਾ। ਤਾਂ ਇੱਕ ਨਾ ਟੈਕਨੀਕਲ ਥੋੜ੍ਹਾ ਸੋਚ ਕੇ ਜਾਂ ਕਿਸੇ ਐਕਸਪਰਟ ਡਾਕਟਰ ਨਾਲ ਕੰਸਲਟ ਕਰਕੇ ਕਿ ਇੰਨਾ ਮੇਰਾ ਪੌਂਡ ਹੈ, ਇਹ 'ਚ ਮੈਂ ਕਿੰਨੇ ਬਰਡ ਰੱਖਾਂ ਜਾਂ ਕਿੰਨੇ ਮੇਰਾ ਪਿਗਰੀ ਹੋਵੇ ਜਾਂ ਕਿੰਨੀ ਮੇਰੀ ਗੋਟਰੀ ਹੋਵੇ, ਕਿ ਜੋ ਕਿ ਇਹਦਾ ਵੇਸਟ ਮੈਂ ਇਹ 'ਚ ਪਾਵਾਂ, ਉਹਦੇ ਨਾਲ ਇਹ ਮੇਰੀ ਫਿਸ਼ ਵੀ ਨਾ ਮਰਨ, ਅਤੇ ਪਾਣੀ 'ਚ ਜੋ ਵੀ ਆਪਾਂ ਕੁਝ ਵੀ ਪਾ ਰਿਹਾ ਉਹਦੇ ਨਾਲ ਕਿ ਪਾਣੀ ਦੂਸ਼ਿਤ ਵੀ ਨਾ ਹੋਵੇ, ਅਤੇ ਮੈਨੂੰ ਰਿਟਰਨ ਚੰਗੀ ਆਉਣੀ ਸ਼ੁਰੂ ਹੋ ਜਾਵੇ। ਥੋੜ੍ਹਾ ਕੰਸਲਟ ਕਰਕੇ ਸਟਾਰਟ ਕੀਤਾ ਜਾਵੇ ਤਾਂ ਬਹੁਤ ਵਧੀਆ ਕੰਮ ਹੈਗਾ ਜੀ, ਕਿ
देखो सर, इंटीग्रेटेड फार्मिंग बारे तो असी ट्रेनिंग स्टार्ट की हुई है कि जो कि 3 दिन ट्रेनिंग कोर्स है, जिसे एक दिन बकरी एक दिन मुर्गी ते तीजे दिन मैनेजमेंट बारे सारी आप ट्रेनिंग देने। तुसी आप दे फार्म ते मैं मेरे फार्म दे ट्रेनिंग देना, ठीक है। वो लिए एक्सपर्ट डॉक्टर्स भी है जो तुम्हें गाइड करने किस तरह तुम काम करना है। अदरवाइज हूँ ना अलग अलग के वी केस दो अपने पंजाब से हाले तक स्टार्ट नहीं किया कि जो कि गोट ते पोल्ट्री की ट्रेनिंग दे रहे हो बैकयार्ड पोल्ट्री के। अदरवाइज तुम देखोगे ना कि तुम थोड़े थोड़े हाले तक पॉपुलैरिटी आनी आनी शुरू हुई है। आने वाले टाइम बहुत एक चंगा ऑप्शन हैगा एक सैकेंड सोर्स ऑफ इनकम वास्ते। तो हर महीने का लास्ट वीकेंड हैगा शुक्रवार शनिवार हर महीने, वो असी 3 दिन ट्रेनिंग देते रहने। मेरा नंबर थोड़े को है, तुसी अपने व्यूअर्स नाल शेयर कर सकते हो तो वो मैंने संपर्क कर सकते, असी कल ट्रेनिंग लवेंगे। नहीं उस ट्रेनिंग करवाया की जाता तो गोट फार्म है? मेरा गोट फार्म है, हाँ गोट फार्म हैगा, पोल्ट्री हैगी, वो तुहानू खेत च अपना फार्म बने हुआ उत्थे ट्रेनिंग सेंटर हैगा लाइव। तुहानू जो भी आप पहले क्लासरूम ट्रेनिंग कर ली फिर वह प्रैक्टिकल एक्सपोजर किवें करना वो भी असी उत्थे करवा के देवांगे। क्योंकि नॉर्मली की होंगे जो तुम किसी इंस्टीट्यूट या जाते हो उत्थे तुहाडे कोल एनीमल तो नहीं है, पर उसी वीडियो वेख के या तुहानू एक इस तरह दिखाया जाता है कि तुम आ कर सकते हो, पर जब तक प्रैक्टिकल चीज़ नहीं होंगी जब तक आदमी लगता कि नहीं यार क्या करना थोड़ा औखा है, जब तुम आपके अखी देखोगे कोई चीज़ उन्होंने तुम बड़े आसानी नाल मान लेंगे कि हाँ इस तरह का काम तुम कर सकते हो। तो ट्रेनिंग कोई भी ले सकता है, कोई उम्र नहीं? कोई उम्र नहीं, बस सीखना चाहता हो, सीखना चाहता हो बस थोड़ा जा कि दो चार जड़े कि दवाइया के बारे हो गया फीड बारे जो लिखाने उन्हें थोड़ा लिखने का उन्होंने पता हो कि इस तरह आप चीज़ आ करनी है, उन्होंने सफिशेंट कोई भी कर सकता है। जिम्मे मैं पहले ही कहा कि एडिशनल लेबर की लड़ नहीं, कोई बुजुर्ग हो या कोई 14-15 साल का अपने घर मुंडा हो, सारी उम्र की सीखना होंगे, सारी उम्र के सीखने होंगे, सीखने की कहते हैं सीखने की कोई उम्र नहीं होंगी। जी जी ठीक है। अच्छा जरा सर्टिफिकेट देने फिर के जहाँ प्रैक्टिकली सिखाने हो सर? जो सर्टिफिकेट वो पार्टिसिपेशन मिलता है, ठीक है, ये तो मैं कोई लोन वगैरह नहीं मिल सकता, ठीक है, क्योंकि तुम इतने सीख आए हो लोन लैन वास्ते नहीं आए, ठीक है। लोन वाला पता एक अपने खास करके बहुत बड़ा चस्का पे हुआ है कि आप कोई काम शुरू नहीं करते तो पहले लोन ले लेंगे, एक नवा काम शुरू कर रहे हैं जिवें तुसीं कह रहे हो बंदे नूं डर लगता है काम शुरू कर, नाले तो तुसीं डरदे हो नाले तुसीं लोन भी चक लिया, ठीक है, वो काम भी बंद हो गया तो लोन की लाइबिलिटी भी बढ़ गई, लोन तो आप किस्त पे करना ही करना है। जिम्मे मैं स्टार्टिंग कहा कि 5 बकरी 50 मुर्गियों तो स्टार्ट कर रहे हो, 50,000 रुपये कोई भी इनवैसट कर सकते, इन्नी वड्डी रकम नहीं हैगी जो तुसीं साल 1.5 साल से रिकवरी भी कर लोगे, उसके बाद स्केल अप करते रहो, जब स्केल अप हो गया तुहाडा काम उस टाइम तुम लोन लै सकते हो, तजर्बा भी है तुहाडे कोल, मार्केट भी बने हुए कस्टमर भी है, तो फिर तुम कि मर्जी स्केल अप करो काम उस टाइम तुम लोन के बारे सोचो जाके। इतने राहुल जी की एक गल बड़ी जी पसंद है सानू कि चाहे खुद ट्रेनिंग देंगे पर डायरैक्ट साफ कह देंगे कि जेडे बंदे ने काम करना है वही ट्रेनिंग लेना आए, जेडे सर्टिफिकेट लैके अगे लोन दे लई कोई लोन लैके ते आपदे कोई होर काम सारने हैगे उहनू जरूरत नहीं हैगी, प्रैक्टिकली ट्रेनिंग है तो इन्हां दे फार्म ते आके जाके ट्रेनिंग लै सकदा हैगा। सो दोस्तों ये तो सी कि इंटीग्रेटेड फार्मिंग मॉडल बारे जानकारी, हो सकता थोड़े दिमाग दे विच कोई होर सवाल आ गए होण कि क्योंकि आपां सारियां गल्लां वीडियोज़ दे विच कवर नहीं कर सकते, कई बार तुहाडे कोई होर सवाल होण तां उह सवाल तुसीं साडी वीडियो दे नीचे कमेंट करके सानूं भेज दिओ, असी उन्हों का जवाब है जोड़ा वो इन्हों तो लैके तुम उत्थे कर देंगे। तो अच्छा थोड़े फार्म की लोकेशन जरूर दस दो, मेरे ख्याल से आप मैनशन नहीं की। हाँ मेरा फार्म है सर अबोर एरिए, अबोर हनुमानगढ़ रोड से रामसरा पिंड है, अबोर तो 8 किलोमीटर दूर है, ओन रोड ही फार्म बनया हुआ है, तो कदे भी तुम विजिट कर सकते हो सवेरे 9 बजे तो लैके शाम 6 बजे तक, कोई ना कोई उत्थे अवेलेबल होगा तुम्हें गाइड करने वास्ते, मोस्ट ऑफ द टाइम मैं आप उत्थे अवेलेबल हाँ, जो भी तुम्हें जिनी नॉलेज चाहिए है उन्होंने डेफिनेटली शेयर करने की कोशिश करूँगा मैं। तो दोस्तों जेकर तुसीं ये ट्रेनिंग लेनी है तो पहला तुसीं इन्हां दा फार्म जरूर विजिट करके आओ, खुद देख के आओ असल दे विच उत्थे की हुंदा की सिखाया जाता, इहदे नाल जिहड़ियां साडियां क्वेश्चन साडे वो दूर हो जाएगी। जेकर होर कोई जानकारी चाहिए है इंटीग्रेटेड फार्मिंग बारे तो तुसीं साडी अपनी खेती की ऐप है उहदे ते भी सवाल पा सकते हो, उस ते भी साडे नाल राहुल जी एज ए माहिर दे तौर ते काफ़ी लंबे समय तो जुड़े ने तो उत्थे भी तुहानूं इहदे सवाल का जवाब मिल जूगा। खेतीबाड़ी नाल जुड़िया जेकर होर वीडियोज़ देखनी है तो तुम अपनी खेती का यूट्यूब चैनल जरूर सबसक्राइब कर लो, फेसबुक पर भी अपनी खेती का पेज है उन्होंने भी लाइक कर सकते हो। तो राहुल जी बहुत बहुत धन्यवाद तुहाडा जानकारी शेयर करने लई, थैंक यू जी।